ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਾਂ। ਇੱਥੇ ਮੰਗ ਪੱਤਰ ਲੈ ਕੇ ਆਏ ਹਾਂ ਕਿ ਜੋ ਗਿਆਨੀ ਜਸਵੰਤ ਸਿੰਘ ਜੀ ਹੈੱਡ ਪ੍ਰਚਾਰਕ ਹਨ, ਬਹੁਤ ਕੌਮ ਦੇ ਹੀਰੇ ਹਨ, ਜਿਨ੍ਹਾਂ ਦੇ ਉੱਪਰ ਖੇਮਕਰਨ ਥਾਣੇ ਦੇ ਭਿੱਖੀਵਿੰਡ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਪਾਦਰੀਆਂ ਵੱਲੋਂ। ਕਿਉਂਕਿ ਇਹ ਅੱਜ ਜਿਹੜੇ ਪਾਦਰੀ ਬਣੇ ਨੇ, ਇਹਨਾਂ ਦੇ ਯਿਸੂ ਮਸੀਹ ਇੰਨਾ ਖੁਸ਼ ਨਹੀਂ ਹੋਣਾ, ਕਿਉਂਕਿ ਇਹ ਲੋਕਾਂ ਨੂੰ ਲਾਲਚ ਦੇ ਕੇ ਸਿੱਖਾਂ ਦੇ ਘਰਾਂ 'ਚ ਜਾ ਕਰਕੇ ਉਹਨਾਂ ਨੂੰ ਗੁੰਮਰਾਹ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਕੇ ਈਸਾਈ ਬਣਾ ਰਹੇ ਨੇ। ਅਤੇ ਇਹ ਕਿਤੇ ਵੀ ਇਹਨਾਂ ਦੀ ਬਾਈਬਲ ਦੇ ਵਿੱਚ ਨਹੀਂ ਲਿਖਿਆ ਹੋਇਆ ਕਿ ਲੋਕਾਂ ਨੂੰ ਲਾਲਚ ਦੇ ਕਰਕੇ ਸਿੱਖਾਂ ਨੂੰ ਈਸਾਈ ਬਣਾਇਆ ਜਾਵੇ। ਸਿੱਖ ਧਰਮ ਵੀ ਇੱਕ ਬੜਾ ਸਤਿਕਾਰਯੋਗ ਧਰਮ ਹੈ, ਜਿੰਨੇ ਥਾਵਾਂ ਥਾਵਾਂ 'ਤੇ ਕੁਰਬਾਨੀਆਂ ਅਤੇ ਸੇਵਾਵਾਂ ਦੀ ਗੱਲ ਕਰਦੇ, ਅੱਜ ਵੀ ਅਤੇ ਪਹਿਲਾਂ ਤੋਂ ਕਰਦੇ ਆ ਰਹੇ ਨੇ। ਅਤੇ ਜਿਹੜਾ ਇਹ ਯਿਸੂ ਮਸੀਹ ਧਰਮ ਹੈ, ਅਸੀਂ ਇਹਨਾਂ ਦੇ ਹੈੱਡ ਜਿਹੜੇ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਬਾਜ ਆ ਜਾਣ, ਇਹ ਬਾਜ ਆ ਜਾਣ। ਇਹ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਮਾੜਾ ਬੋਲ ਕਰਕੇ, ਨੀਵਾਂ ਖਵਾ ਕਰਕੇ ਅਤੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ, ਅਤੇ ਲਾਲਚ ਦੇ ਕਰਕੇ ਜਿਹੜੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅਸੀਂ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਅੱਜ ਸਿੱਖਾਂ ਦੇ ਘਰ ਜਨਮ ਲੈ ਕਰਕੇ ਈਸਾ ਜਾਂ ਕ੍ਰਿਸਚਨ ਬਣ ਰਹੇ ਨੇ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਨਾ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਭਾਂਡੇ ਬਣਾ ਦੇਣ, ਉਹਨਾਂ ਨਾਲ ਬਿਲਕੁਲ ਮਿਲਵਰਤਨ ਨਾ ਰੱਖਣ। ਜਿਹੜੇ ਅੱਜ ਆਪਣੇ ਘਰਾਂ ਦੇ ਵਿੱਚ ਕੋਈ ਵੀ ਸਾਈ ਬਣ ਕੇ ਅਤੇ ਆਪਣੀ ਬੇਟੀ ਦਾ ਆਨੰਦ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਗਾੜੀ ਕਰਦਾ, ਉਹ ਬਿਲਕੁਲ ਉਹਨਾਂ ਨੂੰ ਕਰਨ ਨਾ ਦਿੱਤੇ ਜਾਣ। ਅਸੀਂ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਕੋਲੋਂ ਵੀ ਮੰਗ ਕਰਦੇ ਹਾਂ ਕਿ ਇਹ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਜਿਹੜੇ ਜਬਰੀ ਜਿਨ੍ਹਾਂ ਨੂੰ ਈਸਾਈ ਬਣਾਇਆ ਜਾ ਰਿਹਾ ਹੈ, ਉਹ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਇਹਨਾਂ ਨੂੰ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਤੇ ਜਾਣ, ਅਤੇ ਨਾ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਕੋਈ ਭਾਂਡੇ, ਅਤੇ ਨਾ ਸਿੱਖ ਕੌਮ ਇਹਨਾਂ ਨਾਲ ਮਿਲਵਰਤਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।